ਗਿੱਲ ਚੌਂਕ ਦੇ ਧੱਸੇ ਓਵਰ ਬ੍ਰਿਜ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਨੇ ਪੁਲਿਸ, ਟ੍ਰੈਫਿਕ ਪੁਲਿਸ, ਨਗਰ ਨਿਗਮ, ਬੱਸ ਸਟੈਂਡ ਦੀ ਮੈਨੇਜਮੈਂਟ ਅਤੇ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਲ ਦੇ ਕੁਝ ਹਿੱਸੇ ਦੇ ਧਸ ਜਾਣ ਦਾ ਹੁਣ ਤੱਕ ਦਾ ਕਾਰਨ ਚੂਹੇ ਹੀ ਸਾਹਮਣੇ ਆਏ ਨੇ। ਉਨ੍ਹਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਦੇ ਲਈ ADC ਵਿਕਾਸ ਅਧੀਨ ਵਿਭਾਗਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਲੁਧਿਆਣਾ ਬੱਸ ਸਟੈਂਡ ਨੂੰ ਆਰਜ਼ੀ ਤੌਰ ਦੇ ਉੱਤੇ ਦਾਣਾ ਮੰਡੀ ਜਲੰਧਰ ਬਾਈਪਾਸ ਵਿਖੇ ਤਬਦੀਲ ਕਰਨ ਦੇ ਲਈ ਸੈਕਟਰੀ ਟਰਾਂਸਪੋਰਟ ਨੂੰ ਪ੍ਰਸਤਾਵ ਭੇਜ ਦਿੱਤਾ ਗਿਆ। ਰਾਤ ਨੂੰ ਜਿਹੜੀ ਆਪਣਾ ਗਿੱਲ ਚੌਕ ਦੇ ਉੱਤੇ ਬ੍ਰਿਜ ਜਿਹੜਾ ਹੈਗਾ ਉਹਦੇ ਵਿੱਚ ਥੋੜ੍ਹੀ ਜਿਹੀ ਸਲੈਬ ਜਿਹੜੀਆਂ ਸੀਗੀਆਂ ਉਹ ਡਿੱਗ ਪਈਆਂ ਸੀਗੀਆਂ, ਉਹਦੇ ਕਰਕੇ ਉਹ ਵਾਲਾ ਪੋਰਸ਼ਨ ਜਿਹੜਾ ਹੈਗਾ ਰਾਤ ਨੂੰ ਅਸੀਂ ਬੰਦ ਕਰਾਤਾ ਸੀਗਾ ਅਤੇ ਟ੍ਰੈਫਿਕ ਡਾਈਵਰਜ਼ ਜਿਹੜਾ ਸੀਗਾ ਉਹ ਕਰਾਤਾ ਸੀਗਾ। ਇਸ ਤੋਂ ਇਲਾਵਾ ਅੱਜ ਟ੍ਰੈਫਿਕ ਪੁਲਿਸ ਦੇ ਨਾਲ CP ਸਾਹਿਬ ਦੇ ਨਾਲ ਇਸ ਬਾਬਤ ਕਾਫੀ ਡਿਟੇਲ 'ਚ ਜਿਹੜੀ ਹੈਗੀ ਚਰਚਾ ਕੀਤੀ ਗਈ ਹੈ। ਉਸਦੇ ਮੁਤਾਬਕ ਕੁਛ ਡਿਸੀਜ਼ਨ ਜਿਹੜੇ ਹੈਗੇ ਉਹ ਅਸੀਂ ਲਏ ਨੇ। ਇੱਕ ਡਿਸੀਜ਼ਨ ਇਹ ਹੈਗਾ ਕਿ ਟੈਂਪਰੇਰੀ ਤੌਰ 'ਤੇ ਬੱਸ ਸਟੈਂਡ ਜਿਹੜਾ ਹੈਗਾ ਉਹਨੂੰ ਸ਼ਿਫਟ ਕਰਨ ਦਾ ਪ੍ਰਪੋਜ਼ਲ ਜਿਹੜਾ ਹੈਗਾ ਉਹ ਅਸੀਂ ਥੋੜ੍ਹੀ ਦੇਰ ਪਹਿਲਾਂ ਸੈਕਟਰੀ ਟਰਾਂਸਪੋਰਟ ਨਾਲ ਗੱਲ ਕਰਕੇ ਭੇਜਤਾ ਹੈਗਾ, ਜਿਸ ਤੋਂ ਕਿ ਮੇਨ ਜਿਹੜਾ ਟ੍ਰੈਫਿਕ ਉੱਥੇ ਆਉਂਦਾ ਬੱਸਾਂ ਦਾ ਆਉਂਦਾ ਉਹ ਥੋੜ੍ਹਾ ਸਾ ਰੁਕ ਜਾਵੇ, ਉਹ ਥੋੜ੍ਹਾ ਸਾ ਡਾਈਵਰਟ ਜੇ ਹੋ ਜਾਂਦਾ ਤਾਂ ਕਾਫੀ ਈਜ਼ੀਨੈਸ ਜਿਹੜੀ ਹੈਗੀ ਉਹ ਆ ਜਾਊਗੀ। ਇਸ ਤੋਂ ਇਲਾਵਾ ਕੁਛ ਇਹ ਹੋਰ ਪੁਆਇੰਟਸ ਹੈਗੇ ਜਿਹੜੇ ਟ੍ਰੈਫਿਕ ਈਜ਼ਨੈਸ ਕਰਨ ਵਾਸਤੇ ਅਸੀਂ ਡਿਸੀਜ਼ਨ ਲਏ ਨੇ, ਉਹਨਾਂ ਨੂੰ ਵੀ ਅਸੀਂ ਇੰਪਲੀਮੈਂਟ ਕਰਨ ਵਾਸਤੇ ਟ੍ਰੈਫਿਕ ਪੁਲਿਸ ਦੀ ਡਿਊਟੀ ਜਿਹੜੀ ਹੈਗੀ ਉਹ ਲਗਾਤੀ ਗਈ ਹੈਗੀ। ਕੁਛ ਇੱਕ ਡਾਈਵਰਜ਼ਨ ਪਲਾਨਸ ਜਿਹੜੇ ਹੈਗੇ ਉਹ ਤਿਆਰ ਕਰ ਲਏ ਗਏ ਨੇ। ਉਸਦੇ ਮੁਤਾਬਿਕ ਸਾਨੂੰ ਉਮੀਦ ਹੈਗੀ ਕਿ ਥੋੜ੍ਹਾ ਸਾ ਟ੍ਰੈਫਿਕ ਕਿਓਸ ਜਿਹੜਾ ਹੈਗਾ ਉਹ ਕੰਟਰੋਲ 'ਚ ਆ ਜਾਊਗਾ ਔਰ ਈਜ਼ੀ ਟ੍ਰੈਫਿਕ ਜਿਹੜਾ ਹੈਗਾ ਉਹ ਸ਼ਹਿਰ ਦੇ ਵਿੱਚ ਇੰਸ਼ੋਰ ਕੀਤਾ ਜਾਵੇਗਾ। ਦਾਣਾ ਮੰਡੀ ਜਿਹੜੀ ਸਾਈਟ ਹੈਗੀ ਉਹ ਅਸੀਂ ਆਈਡੈਂਟੀਫਾਈ ਕੀਤੀ ਹੈਗੀ ਜਲੰਧਰ ਬਾਈਪਾਸ ਦੇ ਉੱਤੇ ਔਰ ਉੱਥੇ ਅਸੀਂ ਪਲਾਨ ਕਰ ਰਹੇ ਹਾਂ ਕਿ ਫੋਰ ਦਾ ਟਾਈਮ ਬੀਂਗ ਜਦ ਤੱਕ ਇੱਥੇ ਰਿਪੇਅਰ ਦਾ ਕੰਮ ਜਿਹੜਾ ਹੈਗਾ ਉਹ ਚਾਲੂ ਹੋਊਗਾ ਇੱਕ ਹੁੰਦਾ ਹੈ ਉਦੋਂ ਤੱਕ ਉੱਥੇ ਬੱਸ ਸਟੈਂਡ ਜਿਹੜਾ ਹੈਗਾ ਸ਼ਿਫਟ ਹੋ ਜਾਵੇ। ਕਾਰਨ ਜਿਹੜਾ ਹਾਲੇ ਤੱਕ ਪ੍ਰੀਲਿਮਿਨਰੀ ਤੌਰ 'ਤੇ ਪਤਾ ਚੱਲ ਰਿਹਾ, ਕਾਰਪੋਰੇਸ਼ਨ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਹਨਾਂ ਨੇ ਇੰਜ ਉਹਨਾਂ ਨੇ ਆਪਣੀ ਜਿਹੜੀ ਆਸ਼ੰਕਾ ਜਿਹੜੀ ਜਤਾਈ ਹੈਗੀ ਉਹ ਇਹੀ ਜਤਾਈ ਹੈਗੀ ਕਿ ਉੱਥੇ ਇੱਕ ਗਾਰਬੇਜ ਡੰਪ ਜਿਹੜਾ ਹੈਗਾ ਨੇੜੇ ਬਣਿਆ ਹੈਗਾ ਉਸਦੇ ਕੁਛ ਚੂਹੇ ਰੈਟਸ ਵਗੈਰਾ ਜਿਹੜੇ ਹੈਗੇ ਉਹਨਾਂ ਨੇ ਅੰਦਰ ਵੜ ਕੇ ਮਿੱਟੀ ਨੂੰ ਖਾ ਗਏ, ਉਸਦੇ ਕਰਕੇ ਥੋੜ੍ਹਾ ਸਾ ਕੰਪੈਕਟਨੈਸ ਜਿਹੜੀ ਸੀਗੀ ਉਹ ਢਿੱਲੀ ਹੋ ਗਈ ਔਰ ਇਹ ਪ੍ਰੋਬਲਮ ਆਈ ਹੈ। ਬਟ ਵਿਲ ਬੀ ਏਬਲ ਟੂ ਕਮਿਊਨੀਕੇਟ ਮੋਰ ਬਿਕੋਜ਼ ਵੀ ਹੈਵ ਆਲਰੇਡੀ ਮਾਰਕਡ ਐਨ ਇਨਕੁਆਇਰੀ। ਇੱਕ ਇਨਕੁਆਇਰੀ ਜਿਹੜੀ ਹੈਗੀ ਉਹ ਆਲਰੇਡੀ ਮੈਨੇ ਮਾਰਕ ਕਰਤੀ ਹੈਗੀ, ਜਿਸ ਦੇ ਵਿੱਚ 3 ਵੱਖ ਵੱਖ ਡਿਪਾਰਟਮੈਂਟਾਂ ਦੇ ਐਕਸੀਐਂਸ ਦੀ ਜਿਹੜੀ ਹੈਗੀ ਡਿਊਟੀ ਲਗਾਈ ਗਈ ਹੈਗੀ ਅਤੇ ADC ਡਿਵਲਪਮੈਂਟ ਜਿਹੜੇ ਹੈਗੇ ਉਸ ਕਮੇਟੀ ਦੇ ਅਸੀਂ ਚੇਅਰਮੈਨ ਬਣਾਏ ਨੇ ਤਾਂ ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ ਇਹ ਇਨਕੁਆਇਰੀ ਕਰਕੇ ਇਸਦੇ ਕਾਰਨ ਜਿਹੜੇ ਹੈਗੇ ਲੋਸਿਸ ਜਿਹੜੇ ਹੋਏ ਨੇ ਉਹ ਜਿਹੜੇ ਹੈਗੇ ਅਸੈਸਮੈਂਟ ਕਰਕੇ ਸਾਨੂੰ ਛੇਤੀ ਤੋਂ ਛੇਤੀ ਰਿਪੋਰਟ ਦੇ। ਸਰ ਸਥਾਨਕ ਲੋਕਾਂ ਦਾ ਕਹਿਣਾ ਵੀ ਅਸੀਂ ਵੀਡੀਓ ਬਣਾ ਕੇ 25 ਦਿਨ ਪਹਿਲਾਂ ਇਹਦੀ ਭੇਜੀ ਸੀ ਡਿਪਾਰਟਮੈਂਟ ਨੂੰ, ਨਗਰ ਨਿਗਮ ਨੂੰ, ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਭੇਜੀ। ਹਾਂ, ਜਦ ਇਨਕੁਆਇਰੀ ਕਮੇਟੀ ਜਿਹੜੀ ਹੈਗੀ ਇਨਕੁਆਇਰੀ ਕਰੂਗੀ ਤਾਂ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਲੋਕ ਵੀ ਜਿਹੜੇ ਹੈਗੇ ਉਹਨਾਂ ਨੂੰ ਐਸੋਸੀਏਟ ਕੀਤਾ ਜਾਵੇਗਾ। ਜੇ ਕਿਸੇ ਨੂੰ ਇਸ ਬਾਬਤ ਕੁਛ ਕਹਿਣਾ ਹੋਵੇ ਕਿ ਉਹਨਾਂ ਨੇ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਜਾਂ ਜੋ ਵੀ ਕੀਤਾ ਸੀ ਉਹ ਵੀ ਆਪਣਾ ਦੱਸ ਸਕਦੇ। ਕਾਹਦੇ ਬਾਰੇ ਮੇਨਲੀ ਤਾਂ ਇਹ ਹੈਗਾ ਕਿ ਕੌਜ਼ ਆਫ ਜੋ ਹੋਇਆ ਉਸਦਾ ਕੌਜ਼ ਕੀ ਹੈਗਾ ਉਹ ਦੇਖ ਕੇ ਫਿਰ ਜਿਸ ਦੀ ਵੀ ਜ਼ਿੰਮੇਵਾਰੀ ਹੈਗੀ ਉਹ ਜ਼ਿੰਮੇਵਾਰੀ ਦੇਖੀ ਜਾਵੇਗੀ। ਉਹਦੇ 'ਤੇ ਬੈਂਸ ਭਰਾਵਾਂ ਨੇ ਜਿਵੇਂ ਅੱਜ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ, ਜਦੋਂ ਕੌਂਸਲਰ ਸੀ ਜਦੋਂ ਬੋਲ ਚੱਲਿਆ ਸੀ ਉਦੋਂ ਹੀ ਭ੍ਰਿਸ਼ਟਾਚਾਰ ਦੀ ਜਿਹੜੀ ਬੋ ਆਈ ਸੀ, ਮੈਂ ਆਵਾਜ਼ ਉਠਾਈ ਸੀ। ਓਕੇ, ਇਹ ਕੰਪਨੀ ਦੇ ਸੌਦੇ 'ਚ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤਦ ਹੀ ਕਹੀਆਂ ਜਾ ਸਕਦੀਆਂ ਹਨ ਜਦ ਇੱਕ ਕੋਈ ਪ੍ਰੋਪਰ ਅਸੈਸਮੈਂਟ ਹੋਣ ਤੋਂ ਬਾਅਦ ਕੋਈ ਰਿਪੋਰਟ ਸਾਡੇ ਸਾਹਮਣੇ ਆਉਂਦੀ ਹੈ। ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਚੀਜ਼ਾਂ ਦੇ ਉੱਤੇ ਕੋਈ ਕਮੈਂਟ ਕਰਨਾ ਵਾਜਿਬ ਨਹੀਂ ਹੋਵੇ। ਮੇਨਲੀ ਜਿਹੜੇ ਡਿਪਾਰਟਮੈਂਟ ਸੀਗੇ ਪੁਲਿਸ ਸੀਗੀ, ਟ੍ਰੈਫਿਕ ਪੁਲਿਸ ਸੀਗੀ, ਉਸ ਤੋਂ ਬਾਅਦ ਕਾਰਪੋਰੇਸ਼ਨ ਸੀਗੇ, ਇਸ ਤੋਂ ਇਲਾਵਾ ਰੋਡਵੇਜ਼ ਵਾਲੇ ਵੀ ਸੀ, ਬੱਸ ਸਟੈਂਡ ਵਾਲੇ ਵੀ ਸੀਗੇ, ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਵਾਲੇ ਵੀ ਜਿਹੜੇ ਹੈਗੇ ਕਿਉਂਕਿ ਹੁਣ ਇਹ ਸੜਕ ਜਿਹੜੀ ਹੈਗੀ ਉਹ ਨੈਸ਼ਨਲ ਹਾਈਵੇ ਦੀ ਬਣ ਚੁੱਕੀ ਹੈ
ਇਹ ਸਾਰੇ ਡਿਪਾਰਟਮੈਂਟ ਜਿਹੜੇ ਸੀਗੇ ਉਹ ਇਸ ਦੇ ਵਿੱਚ ਬੁਲਾਏ ਗਏ। ਸਰ ਇੱਕ ਮੇਰਾ ਸਵਾਲ ਇਹ ਹੈ ਕਿ ਏ ਡੀ ਸੀ ਡਿਪਾਰਟਮੈਂਟ ਦੇ ਹੇਠਾਂ ਦੀ ਕਮੇਟੀ ਨਹੀਂ, ਉਸ ਕਿਹੜੇ ਤਿੰਨ ਡਿਪਾਰਟਮੈਂਟ ਤੁਸੀਂ ਸ਼ਾਮਿਲ ਕੀਤੇ ਨੇ? ਇਹਦੇ ਵਿੱਚ ਇੱਕ ਗਲਾਡਾ ਦਾ ਐਕਸੀਅਨ ਰੱਖਿਆ ਹੈਗਾ, ਇੱਕ ਕਾਰਪੋਰੇਸ਼ਨ ਦਾ ਐਕਸੀਅਨ ਰੱਖਿਆ ਹੈਗਾ, ਇੱਕ ਪੀ ਡਬਲਿਊ ਡੀ ਬੀ ਐਂਡ ਆਰ ਦਾ ਐਕਸੀਅਨ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਰਿਪੋਰਟ।